ਗੁਰੂ ਘਰ ਦੇ ਮਹਾਨ ਆਸ਼ਕ ਬਾਬਾ ਭਾਈ ਮਾਂਝੀ ਦੀ ਮਹਾਨ ਬਖਸ਼ਿਸ਼ ਹੈ ਜਿਸ ਧਰਤੀ ਤੇ ਬਾਬਾ ਮਾਂਝੀ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਦਿਲ ਲਾ ਕੇ ਭਗਤੀ ਕਰਨ ਜਿਹੜੇ ਬਣ ਜਾਂਦਾ ਉਹਨਾਂ ਦਾ ਮਨ ਮੰਦਰ, ਸੱਚਾਈ ਉਹਨਾਂ ਦੇ ਕਦਮਾਂ ਵਿੱਚ ਝੁਕਦੀ ਹੈ, ਜਾਂਦਾ ਉਹਨਾਂ ਤੋਂ ਝੂਠ ਸੰਭਰ ਇਸ ਜਨਮ ਵਿੱਚ ਆਪੇ ਨੂੰ ਸਵਾਰ ਲੈਂਦੇ, ਦਰਗਾਹੇ ਬਣਦੇ ਫੁੱਲ ਨੰਬਰ, ਜਹਾਨ ਯਾਰਾ ਜਿਹਨੀ ਕੀਤੀ ਕਮਾਈ ਹੋਵੇ, ਮੇਲੇ ਲੱਗਦੇ ਉਹਨਾਂ ਦੀ ਯਾਦ ਅੰਦਰ, ਜਹਾਨ ਯਾਰਾ ਜਿਹਨੀ ਕੀਤੀ ਕਮਾਈ ਹੋਵੇ, ਮੇਲੇ ਲੱਗਦੇ ਉਹਨਾਂ ਦੀ ਯਾਦ ਅੰਦਰ। ਖੇਡ ਕਬੱਡੀ ਇਹ ਜੋਧਿਆਂ ਦੀ ਖੇਡ ਹੈ, ਇਹ ਜਰਨੈਲਾਂ ਦੀ ਖੇਡ ਹੈ, ਮੈਂ ਨਹੀਂ ਕਹਿੰਦਾ। ਬਾਬੇ ਕਾਹਨ ਸਿੰਘ ਨਾਭੇ ਨੇ ਜਦੋਂ ਮਹਾਨ ਕੋਸ਼ ਲਿਖਿਆ, ਜਦੋਂ ਉਹਨੇ ਕਬੱਡੀ ਲਫ਼ਜ਼ ਦੀ ਵਿਆਖਿਆ ਕੀਤੀ, ਉਹ ਕਹਿੰਦਾ ਕਿ ਇਹਨੂੰ 19ਵੀਂ ਸਦੀ ਦੇ ਵਿੱਚ ਸੌਂਚੀ ਕਹਿੰਦੇ ਸੀ। ਇਤਿਹਾਸਕਾਰ ਗੰਡਾ ਸਿੰਘ ਹਿਸਟਰੀ ਆਫ ਸਿੱਖ ਦੇ ਵਿੱਚ ਲਿਖਦਾ ਕਿ ਮਹਾਨ ਜਰਨੈਲ ਹਰੀ ਸਿੰਘ ਨਲੂਆ ਸੌਂਚੀ ਪੱਕੀ ਦਾ ਖਿਡਾਰੀ ਸੀ, ਜਾਣੀ ਕਿ ਹਰੀ ਸਿੰਘ ਨਲੂਆ ਖੇਡ ਕਬੱਡੀ ਦਾ ਖਿਡਾਰੀ ਸੀ। ਸ਼ੰਕਰ ਸੰਧਵਾਂ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਹੈ, ਜਿਹਨੇ ਇੱਕ ਮਹੀਨੇ ਦੇ ਵਿੱਚ 2 ਮੋਟਰਸਾਈਕਲ ਤੇ 2 LCDਾਂ ਜਿੱਤੀਆਂ ਨੇ। ਉਹ ਮੈਦਾਨ ਦੇ ਵਿੱਚ ਆਇਆ ਤੇ ਪੱਪੂ ਕੰਡੀਲੇ ਵਾਲਾ ਚੈੱਕ ਕਰਦਾ ਹੋਇਆ, ਗੁਰਦਾਸਪੁਰ ਦੀ ਧਰਤੀ ਦਾ ਮਹਾਨ ਖਿਡਾਰੀ ਪੱਪੂ ਕੰਡੀਲੇ ਦਾ ਪੂਰਾ ਨਾਮ ਚੱਲਦਾ, ਛੱਬੇ ਧਾਰੋ ਵਾਲੇ ਬਣਾਏ ਹੋਏ ਨੇ। ਐਸ ਨੌਜਵਾਨ ਨੂੰ ਰੂਪਾ ਕਹਿੰਦੇ, ਜਿਹਨੇ ਪਹਿਲੀ ਕਬੱਡੀ ਬਾਬਾ ਨਾਮਦੇਵ ਕਲੱਬ ਘੁਮਾਣ ਵੱਲੋਂ ਪਾਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹਦਾ ਬੈਰੋਕ ਪਿੰਡ ਹੈ, ਦੂਏ ਪਾਸੇ ਚੋਲਾ ਸਾਹਿਬ ਵੱਲੋਂ ਇਹ ਕੋਟ ਗੁਰਬਖਸ਼ ਪਿੰਡ ਦਾ ਜੱਸਾ ਜੱਫਾ ਲਾਉਣ ਦਾ ਯਤਨ ਕਰਦਾ, ਪੁਆਇੰਟ ਰੇਟਰ ਦੇ ਖਾਤਰ ਵਿੱਚ ਐਸ ਗੱਭਰੂ ਨੌਜਵਾਨ ਨੂੰ ਹੀਰਾ ਕਹਿੰਦੇ ਹੈ। ਜ਼ਿਲ੍ਹੇ ਗੁਰਦਾਸਪੁਰ ਦੇ ਧਾਲੀਵਾਲ ਏਰੀਏ ਦੇ ਵਿੱਚ ਇਸ ਨੌਜਵਾਨ ਦਾ ਦੇਵੀਦਾਸਪੁਰ ਪਿੰਡ ਹੈ, 2012 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਖੇਡਿਆ ਇਹ ਹੀਰਾ ਦੇਵੀਦਾਸਪੁਰ ਵਾਲਾ। ਅਗਲੀ ਕਬੱਡੀ ਪਾਉਂਦਾ ਉਧਰ ਜੱਫੇ ਦੀ ਗੱਲ, ਆ ਨੌਜਵਾਨ ਅੰਮ੍ਰਿਤ ਔਲਖਾਂ ਪਿੰਡ ਦਾ ਜੱਫਾ ਲਾਉਣ ਦਾ ਯਤਨ ਕਰਦਾ ਤੇ ਕਾਮਯਾਬੀ ਹੋਇਆ, ਕੋਈ ਲਾਵੇ 1 ਜਾਂ 2 ਜੱਫੇ, ਕੋਈ ਵਿੱਚ ਥੋਕ ਦੇ ਭਰੇ ਜੱਫੇ, ਕਈਆਂ ਤੋਂ 1 ਵੀ ਜੱਫਾ ਲੱਗਦਾ ਨਹੀਂ, ਕਈ ਲਾਉਂਦੇ ਮੈਦਾਨ ਵਿੱਚ ਬੜੇ ਜੱਫੇ, ਜਿਸ ਵੇਲੇ ਕਿਸਮਤ ਖਰੀ ਹੋਵੇ ਲੱਗਦੇ ਉਸ ਵੇਲੇ ਨੇ ਖਰੇ ਜੱਫੇ। ਅਗਲੀ ਕਬੱਡੀ ਚੌੜੇ ਮਦਰੇ ਪਿੰਡ ਜੰਪਲ ਰਾਜੂ ਅਗਲੀ ਰੇਟ ਪਾਉਂਦਾ, ਚੌੜੇ ਮਦਰੇ ਪਿੰਡ ਕਬੱਡੀ ਦੇ ਖਿਡਾਰੀਆਂ ਦਾ ਗੁਰਦਾਸਪੁਰ ਦਾ ਕਹਾਵੇ, ਉਸੇ ਪਿੰਡ ਦਾ ਰਾਜੂ ਲੋਕੋ ਬੇਰ ਬੇਰ ਕੇ ਕਬੱਡੀਆਂ ਪਾਵੇ, ਰੱਬ ਨੇ ਇਹਨੂੰ ਨਿਮਰਤਾ ਦਿੱਤੀ ਸਭ ਨੂੰ ਨਿਮਰਤਾ ਨਾਲ ਬੁਲਾਵੇ, ਜਹਾਨ ਯਾਰਾ ਚਮਕੀਲਾ ਸੱਚ ਲਿਖਦਾ ਰਾਜੂ ਸਹੀਜੇ ਹੱਥ ਨਾ ਆਵੇ। ਇਹ ਯੂਰਪ ਦੇ ਵਿੱਚ ਕਬੱਡੀਆਂ ਪਾ ਕੇ ਆਇਆ, ਜਿਸ ਨੌਜਵਾਨ ਨੇ ਪੁਆਇੰਟ ਹਾਸਲ ਕੀਤਾ। ਕਹਿੰਦੇ ਨੇ ਕਿ ਰਮਦਾਸ ਦੇ ਲਾਗੇ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਵਿੱਚ ਸ਼ਾਮਪੁਰਾ ਪਿੰਡ ਪੈਂਦਾ, ਉੱਥੋਂ ਦੇ 2 ਭਰਾ ਕਬੱਡੀ ਖੇਡਦੇ ਆ, ਇੱਕ ਅਰਜਨ ਤੇ ਦੂਜਾ ਸੁਰਜਨ। ਇਹ ਅਰਜਨ ਕਬੱਡੀ ਪਾਉਂਦਾ ਜਿਹਨੂੰ ਵੱਡਾ ਘੋੜਾ ਕਹਿੰਦੇ ਆ ਕਬੱਡੀ ਦੇ ਵਿੱਚ, ਇਹ ਅਰਜਨ ਘੋੜੇ ਦੀ ਕਬੱਡੀ ਹੈ, ਇਹਦੀ ਫੇਸਬੁੱਕ ਦੇ ਉੱਤੇ ਚਰਚਾ ਹੁੰਦੀ ਹੈ। ਤੇ ਸਾਹਮਣੇ ਅੰਮ੍ਰਿਤ ਔਲਖਾਂ ਵਾਲਾ ਦੂਜਾ ਜੱਫਾ ਨੌਜਵਾਨ ਨੇ ਲਾਤਾ, ਜਿਵੇਂ ਸ਼ਦੇਸ਼ ਕੁਮਾਰੀ ਗਾਉਂਦੀ ਹੁੰਦੀ ਹੈ ਕਿ ਕਰਦੇ ਇਕੱਠਾ ਰੇਡ ਪਾਉਣ ਫਿਰ ਮੁੜ ਕੇ ਆਵੇ ਨਾ, ਮਾਰ ਸੋਹਣਿਆ ਕੈਂਚੀ ਵੇ ਰੋਡਰ ਫੁੱਕਾ ਜਾਵੇ ਨਾ। ਅਗਲੀ ਕਬੱਡੀ, ਐਸ ਨੌਜਵਾਨ ਦਾ ਦੁਨੀਆ ਤੇ ਨਾਮ ਚੱਲਦਾ, ਇਹ ਘੱਸ ਪਿੰਡ ਦਾ ਜੰਪਲ ਜੋਧਾ ਅਗਲੀ ਕਬੱਡੀ ਪਾਉਂਦਾ। ਇਹ ਜੋਧਾ ਪਿੰਡ ਘੱਸ ਦਾ ਏ, ਖਤਰਾ ਜਾਫੀ ਨੂੰ ਇਹਦੇ ਟੱਚ ਦਾ ਏ, ਇਹ ਕਬੱਡੀ ਦੇ ਵਿੱਚ ਖੇਲ ਕੇ ਜੀ ਲੋਕ ਦਿਲਾਂ ਦੇ ਵਿੱਚ ਵੱਸਦਾ ਏ, ਕਬੱਡੀ ਵਿੱਚ ਕਿਵੇਂ ਸਟਾਰ ਬਣਨਾ ਜਹਾਨ ਯਾਰਾ ਇਹ ਮੈਦਾਨਾਂ ਵਿੱਚ ਦੱਸਦਾ ਏ। ਸਾਹਮਣੇ ਜੀਤੂ ਅਬਾਨ ਖੁੱਚ ਪੜਦਾ ਹੋਇਆ ਨੌਜਵਾਨ, ਇਹ ਜੀਤੂ ਅਬਾਨ ਜੱਫੇ ਦੀ ਗੱਲ ਕਰਦਾ, ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਜ਼ਿਲ੍ਹੇ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਲਾਗੇ ਪੱਲੇ ਪਿੰਡ ਦਾ ਜੰਪਲ ਬੱਲਾ ਅਗਲੀ ਰੇਡ ਪਾਉਂਦਾ, ਜਿਹਨੇ ਫਿਲਮ ਕਬੱਡੀ ਬੰਸ ਅਗੇਨ ਦੇ ਵਿੱਚ ਵੀ ਰੇਡਾਂ ਪਾਈਆਂ, ਇਹ ਬੱਲੇ ਤਰਪੱਲੇ ਦੀ ਕਬੱਡੀ ਹੈ। ਤੇ ਸਾਹਮਣੇ ਜੱਫੇ ਦੀ ਗੱਲ ਨੌਜਵਾਨ ਨੇ ਕੀਤੀ ਆ, ਕੋਈ ਗੱਲ ਨੀ ਨੌਜਵਾਨਾਂ, ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ। ਅਗਲੀ ਕਬੱਡੀ ਸ਼ੰਕਰ ਸੰਧਵਾਂ ਵਾਲਾ, ਮਹੀਨੇ ਦੇ ਵਿੱਚ 2 ਮੋਟਰਸਾਈਕਲ ਤੇ 2 LCDਾਂ ਇਸ ਨੌਜਵਾਨ ਨੇ ਜਿੱਤੀਆਂ, LCDਾਂ ਜਿੱਤਦਾ ਏ,
ਜਿੱਤੇ ਮੋਟਰਸਾਈਕਲ ਹੋਇਆ ਇੱਕ ਮਹੀਨਾ, ਸ਼ੰਕਰ ਕੁੰਡ ਹੈ ਸੰਧੂਆਂ ਦਾ, ਪਾਉਂਦਾ ਰੇਡ ਹੈ ਖੋਲ ਕੇ ਸੀਨਾ, ਸ਼ੰਕਰ ਕੁੰਡ ਹੈ ਸੰਧੂਆਂ ਦਾ, ਪਾਉਂਦਾ ਰੇਡ ਤਾਣ ਕੇ ਸੀਨਾ। ਅਗਲੀ ਕਬੱਡੀ, ਨੌਜਵਾਨ ਨੂੰ ਸੁਖਮਨ ਕਹਿੰਦੇ ਆ, ਨੌਜਵਾਨ ਰਮਦਾਸ ਦੀ ਧਰਤੀ ਦਾ ਸੁਖਮਨ। ਅਗਲੀ ਕਬੱਡੀ ਪਾਉਂਦਾ ਹੈ ਸਾਬਤ ਸੂਰਤ ਨੌਜਵਾਨ, ਸਾਹਮਣੇ ਜੱਫੇ ਦੀ ਗੱਲ ਹੋ ਗਈ ਹੈ। ਤਿਲਕ ਜੰਝੂ ਲਈ ਜੇ ਨਾ ਗੁਰੂ ਨੌਵਾਂ, ਚਾਂਦਨੀ ਬਚੌਂਕ ਦੇ ਵਿੱਚ ਕੁਰਬਾਨ ਹੁੰਦਾ, ਬਲੀ ਦੇ ਕੇ ਚਾਰੇ ਪੁੱਤਰਾਂ ਦੀ, ਜੇਕਰ ਖੁਸ਼ ਨਾ ਸੋਢੀ ਸੁਲਤਾਨ ਹੁੰਦਾ, ਅੱਜ ਵੀ ਦਿੱਲੀ ਦੇ ਧਰਤੀ ਤੇ ਰਾਜ ਕਰਦਾ ਕੋਈ ਮੁਹੰਮਦ ਜਾਂ ਖਾਨ ਹੁੰਦਾ, ਲਾਲ ਕਿਲੇ ਤੇ ਝੂਲਦਾ ਚੰਨ ਤਾਰਾ, ਸਾਰਾ ਭਾਰਤ ਹੀ ਪਾਕਿਸਤਾਨ ਹੁੰਦਾ, ਲਾਲ ਕਿਲੇ ਤੇ ਝੂਲਦਾ ਚੰਨ ਤਾਰਾ, ਸਾਰਾ ਭਾਰਤ ਹੀ ਪਾਕਿਸਤਾਨ ਹੁੰਦਾ। ਪੁਆਇੰਟ ਜਾਫੀ ਦੇ ਖਾਤਰ ਵਿੱਚ ਇਹ ਮਨਿੰਦਰ ਰਮਦਾਸ ਮਹਾਨ ਜਾਫੀ ਹੈ, ਇਹਦੇ ਫੇਸਬੁੱਕ ਦੇ ਉੱਤੇ ਚਰਚੇ ਹੁੰਦੇ ਹੈ, ਕੋਈ ਮਰੇ ਖਿਡਾਰੀ ਦੀ ਖੇਡ ਉੱਤੇ, ਕੋਈ ਮਰੇ ਖਿਡਾਰੀ ਦੇ ਠੁੱਕ ਉੱਤੇ ਲੋਕੀ ਆਪਣੇ ਦਿਲ ਕੁਰਬਾਨ ਕਰਦੇ। ਕਬੱਡੀ ਲਈ ਪਲਿਓ ਪੁੱਤ ਉੱਤੇ ਜਹਾਨ ਯਾਰਾ, ਹੁਣ ਕਬੱਡੀ ਦੀ ਗੱਲ ਚੱਲਦੀ, ਕਦੀ ਯੂਟਿਊਬ ਉੱਤੇ ਕਦੀ ਫੇਸਬੁੱਕ ਉੱਤੇ। ਬਾਬਾ ਬਾਲਮ ਸਿੰਘ ਜੀ ਭਰਸ ਵਾਲੇ ਪਹੁੰਚ ਚੁੱਕੇ ਹੈ, ਕੱਲ ਨੂੰ ਭਰਸ ਪਿੰਡ ਦੇ ਵਿੱਚ ਕਬੱਡੀ ਕੱਪ ਹੋਵੇਗਾ। ਜੇ ਧਰਤੀ ਦੇ ਉੱਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋੜੀ ਗੱਢ ਕੇ ਰਿਆੜਕੀ ਦਾ ਮੁੱਢ ਬੰਨਿਆ, ਕੱਲ ਨੂੰ ਉਸ ਧਰਤੀ ਤੇ ਕਬੱਡੀ ਹੋਵੇਗੀ, ਪਰਸੋਂ ਨੂੰ ਬਾਬਾ ਨੰਦਾ ਜੀ ਦੇ ਸਥਾਨ ਤੇ ਵੱਡਾ ਕਬੱਡੀ ਕੱਪ ਹੋਵੇਗਾ। ਇੱਧਰ ਨੌਜਵਾਨ ਅਗਲੀ ਕਬੱਡੀ ਪਾਉਂਦਾ, ਸਾਂਭਿਆ ਹੋਇਆ ਸਰੀਰ ਇਹ ਰੂਪਾ ਬੈਰੋ ਕੇ ਵਾਲਾ, ਅਗਲੀ ਰੇਡ ਪਾਉਂਦਾ। ਸਾਹਮਣੇ ਜੱਫੇ ਦੀ ਗੱਲ ਨੌਜਵਾਨ ਨੇ ਕੀਤੀ ਹੈ, ਪੱਟੀ ਹੋਈ ਖੁੱਚ। ਪੁਆਇੰਟ ਜਾਫੀ ਦੇ ਖਾਤਰ ਵਿੱਚ ਲਾਡੀ ਬਲ ਫੈਸਲਾ ਕਰਦਾ ਹੋਇਆ, ਪੁਆਇੰਟ ਰੇਡਰ ਦਾ ਹੋ ਗਿਆ। ਸਾਹਮਣੇ ਹੀਰਾ ਅਗਲੀ ਕਬੱਡੀ ਪਾਉਂਦਾ, ਇਹ ਹੀਰੇ ਦੀ ਕਬੱਡੀ ਹੈ, ਮਾਂ ਖੇਡ ਕਬੱਡੀ ਦੇ ਰੰਗ ਵਾਲੀ, ਕਹਾਣੀ ਸ਼ਬਦਾਂ ਵਿੱਚ ਨਹੀਂ ਦੱਸ ਹੁੰਦੀ। ਜਦੋਂ ਰੇਡਾ ਮਾਵਾਂ ਦੇ ਪੁੱਤ ਪਾਉਂਦੇ ਧੂੜ, ਉਸ ਵੇਲੇ ਮੈਦਾਨ ਵਿੱਚ ਪੱਟ ਹੁੰਦੀ, ਜੱਫੇ ਲੱਗਦੇ ਜਦੋਂ ਮੈਦਾਨ ਅੰਦਰ, ਸ਼ੋਹਰਤ ਜਾਫੀਆਂ ਤੋਂ ਉਦੋਂ ਖੱਟ ਹੁੰਦੀ, ਉਦੋਂ ਰੇਡਰ ਨੂੰ ਭੀੜਾਂ ਪੈਂਦੀਆਂ ਨੇ, ਜਦੋਂ ਕੈਂਚੀ ਲੱਤਾਂ ਵਿੱਚ ਕਸ ਹੁੰਦੀ, ਭੇੜ ਹੁੰਦੇ ਨੇ ਜਦੋਂ ਜਹਾਨ ਯਾਰਾ, ਖੇਡ ਕਬੱਡੀ ਵਿੱਚ ਪੂਰੀ ਅੱਤ ਹੁੰਦੀ। ਅਗਲੀ ਕਬੱਡੀ ਪਾਉਣ ਦੇ ਲਈ ਇਹ ਰੂਪਾ ਬੈਰੋ ਕੇ ਵਾਲਾ, ਅਗਲੀਆਂ ਟੀਮਾਂ ਇੱਕ ਪਾਸੇ ਦੁਆਬਾ ਵਾਲੀਅਰ ਸੁਰਖਪੁਰ ਤੇ ਦੂਜੇ ਪਾਸੇ ਬਾਬਾ ਭਾਈ ਮੰਝ ਸਾਹਿਬ ਸਪੋਰਟਸ ਕਲੱਬ ਮਾੜੀ ਪੰਨਵਾਂ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆਉਣ। ਬਾਬਾ ਭਾਈ ਮੰਝ ਸਾਹਿਬ ਸਪੋਰਟਸ ਕਲੱਬ ਮਾੜੀ ਪੰਨਵਾਂ ਤੇ ਦੁਆਬਾ ਵਾਲੀਅਰ ਕਬੱਡੀ ਕਲੱਬ ਸੁਰਖਪੁਰ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆਉਣ। ਦੁਨੀਆਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਘੋਗਰ ਮੰਦਰਾਂ ਵਾਲੀਆ ਕਹਿੰਦਾ ਕਿ ਤਰਪੱਲੇ ਪਿੰਡ ਦਾ ਬੱਲਾ ਜਿੰਨੀਆਂ ਵੀ ਰੇਡਾਂ ਪਾਵੇ, ਹਰ ਰੇਡ ਦੇ ਉੱਤੇ 100 ਰੁਪਈਆ ਹੋਵੇਗਾ। ਘੋਗਰ ਮੰਦਰਾਂ ਵਾਲੀਆਂ ਨੇ ਐਲਾਨ ਕਰ ਦਿੱਤਾ। ਇੱਧਰ ਅਰਜਨ ਘੋੜੇ ਨੇ ਕਬੱਡੀ ਪਾਈ ਹੈ, ਉਹ ਬਾਂਹ ਖੜੀ ਕੀਤੀ ਹੈ, ਕੋਈ ਪੁਆਇੰਟ ਲੈ ਕੇ ਬਾਂਹ ਖੜੀ ਕਰਦਾ, ਕੋਈ ਛਾਲ ਲਾ ਕੇ ਹੰਧਿਆਂ 'ਚ ਖੜਦਾ, ਕੋਈ ਧੱਕੜ ਕਹਾਉਂਦਾ, ਕੋਈ ਛੂਕਦਾ ਹੀ ਆਉਂਦਾ। ਮੈਂ ਕਿ ਜਾਂਦੀ ਹੈ ਮੈਦਾਨਾਂ ਵਿੱਚ ਖਿੰਡ ਮਿੱਤਰੋ, ਇਹ ਗੱਭਰੂ ਕਬੱਡੀ ਦੇ ਨਿਕਿੰਗ ਮਿੱਤਰੋ। ਰਾਜੂ ਚੌੜੇ ਮਦਰੇ ਵਾਲਾ ਯੂਰਪ ਦੇ ਮੈਦਾਨਾਂ ਦੇ ਵਿੱਚ ਐਨਆਰਆਈ ਕਬੱਡੀ ਕਲੱਬ ਬੈਲਜੀਅਮ ਵੱਲੋਂ, ਚਰਨਜੀਤ ਬਰਨਾਲੇ ਵੱਲੋਂ, ਰੇਂਕੂ ਸਮਰੇ ਵੱਲੋਂ, ਜੀਤੇ ਬਾਬੇ ਵੱਲੋਂ ਬੜੀਆਂ ਤਕੜੀਆਂ ਨੌਜਵਾਨ ਨੇ ਰੇਡਾਂ ਪਾਈਆਂ। ਨਾਮ ਚੱਲਦਾ ਇਸ ਨੌਜਵਾਨ ਦਾ ਹੁਣ ਦੁਨੀਆਂ ਦੇ ਉੱਤੇ, ਨਿੱਤ ਜੰਮਦੇ ਨੇ ਜੋ ਨਾ ਹੁੰਦੇ ਕੰਮ ਦੇ, ਨਾਮੀ ਬੰਦੇ ਦੁਨੀਆਂ ਤੇ ਕਦੀ ਕਦੀ ਜੰਮਦੇ, ਨਿੱਤ ਜੰਮਦੇ ਨੇ ਜੋ ਨਾ ਹੁੰਦੇ ਕਿਸੇ ਕੰਮ ਦੇ। ਸਾਹਮਣੇ ਪੱਲਾ ਤਰਪੱਲਾ ਜਿਹਨੇ ਕਬੱਡੀ ਬੰਸ ਅਗੇਨ ਫਿਲਮ ਦੇ ਵਿੱਚ ਵੀ ਰੇਡਾਂ ਪਾਈਆਂ, ਸਾਹਮਣੇ ਜੱਫੇ ਦੀ ਗੱਲ ਹੋ ਗਈ ਹੈ, ਉਹ ਨੌਜਵਾਨ ਨੇ ਬੰਤੀ ਹੈ ਗੰਢ। ਪੁਆਇੰਟ ਜਾਫੀ ਦੇ ਖਾਤੇ ਵਿੱਚ, ਪੁਆਇੰਟ ਬਾਬਾ ਨਾਮਦੇਵ ਕਲੱਬ ਕਮਾਨ ਦੇ ਖਾਤੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ, ਕਬੱਡੀ ਦਾ ਪ੍ਰਸਿੱਧ ਖਿਡਾਰੀ ਇਹ ਜੋਧਾ ਘਾਸ ਪਿੰਡ ਵਾਲਾ, ਅਗਲੀ ਕਬੱਡੀ ਪਾਉਂਦਾ, ਪਹਿਲਾਂ ਸੰਧਵਾ ਵੱਲੋਂ ਖੇਡਦਾ ਸੀ ਤੇ ਹੁਣ ਬਾਬਾ ਨਾਮਦੇਵ ਕਲੱਬ ਘੁਮਾਣ ਵੱਲੋਂ ਖੇਡ ਕੇ ਦੁਨੀਆਂ ਤੇ ਸੁਪਰ ਸਟਾਰ ਬਣ ਗਿਆ। ਕੋਈ ਮੰਦਰਾਂ ਵਿੱਚ ਰਾਮ ਰਾਮ ਕਹਿੰਦਾ,
ਕੋਈ ਗਣੇਸ਼ ਤੇ ਕੋਈ ਹਨੂਮਾਨ ਪੂਜੇ, ਕੋਈ ਭਲਾ ਸਰਬੱਤ ਦਾ ਮੰਗਦਾ ਏ, ਵਿੱਚ ਦਿਲ ਦੇ ਵਾਹਿਗੁਰੂ ਨਾਮ ਪੂਜੇ, ਕੋਈ ਮਸਜਿਦਾਂ ਵਿੱਚ ਨਮਾਜ਼ ਪੜ੍ਹਦਾ, ਸੱਚੀ ਸਰਾਂ ਨੂੰ ਸਦਾ ਮੁਸਲਮਾਨ ਪੂਜੇ। ਸਫਲ ਹੁੰਦੇ ਨੇ ਉਹ ਜਹਾਨ ਜਿਹੜਾ ਜਿਹਨਾਂ ਖਿਡਾਰੀਆਂ ਖੇਡ ਮੈਦਾਨ ਪੂਜੇ। ਸਫਲ ਹੋ ਗਿਆ ਨੌਜਵਾਨ, ਤਾੜੀ ਮਾਰ ਦਿਓ ਨੌਜਵਾਨ ਨੂੰ ਖੇਡ ਕਬੱਡੀ ਦੇ ਲਈ, ਰੇਡਰ ਦੇ ਖਾਤਰ ਵਿੱਚ ਜੁੜ ਗਿਆ। ਅਗਲੀ ਕਬੱਡੀ ਇਹ ਸੁਖਮਨ ਰਮਦਾਸ ਵਾਲਾ ਸਾਬਤ ਸੂਰਤ ਨੌਜਵਾਨ, ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ, ਸਰਬੰਸ ਦਾਨੀਆਂ ਵੇ ਤੇਰਾ ਕੌਣ ਦਊਗਾ ਤੇਰਾ, ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ, ਕੋਈ ਇੱਕ ਬਾਰੇ ਕੋਈ ਦੋ ਬਾਰੇ, ਤੂੰ ਦੇਸ਼ ਕੌਣ ਸੱਤ ਬਾਰੇ, ਸੱਤ ਬਾਰ ਕੇ ਕਹਿਣਾ ਭਾਣਾ ਮੀਠਾ ਲਾਗੇ ਤੇਰਾ, ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ। ਅਗਲੀ ਰੇਟ ਸਾਹਮਣੇ ਨੌਜਵਾਨ ਸ਼ੰਕਰ ਸੰਧਮਾ ਵਾਲਾ ਪੁਆਇੰਟ ਰੇਡਰ ਦੇ ਖਾਤਰ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਹੈਪੀ ਅਵਾਨ ਵਾਲਾ ਚੰਡਿਆ ਹੋਇਆ ਸਰੀਰ, ਤੜਕੇ ਉੱਠ ਕੇ ਨੌਜਵਾਨ ਨੇ ਮਿਹਨਤ ਲਾਈ ਹੋਣੀ ਹੈ, ਕਿਉਂਕਿ ਖਿਡਾਰੀ ਬਣਨ ਲਈ ਉਸ ਸਮੇਂ ਉੱਠਣਾ ਪੈਂਦਾ ਜਦੋਂ ਗੁਰੂ ਘਰਾਂ ਦੇ ਵਿੱਚ ਭਾਈ ਰੱਬ ਦੀ ਗੱਲ ਕਰਦੇ ਹੈ, ਮੰਦਰਾਂ ਦੇ ਵਿੱਚ ਪੰਡਿਤ ਰੱਬ ਦੀ ਗੱਲ ਕਰਦੇ ਹੈ, ਮਸੀਤਾਂ ਦੇ ਵਿੱਚ ਮਲਾਣੇ ਪਹਿਲੇ ਪੈਰ ਦੀ ਬਾਂਗ ਦਿੰਦੇ ਹੈ, ਉਸ ਸਮੇਂ ਖੇਡ ਮੈਦਾਨ ਦੇ ਵਿੱਚ ਆਉਣਾ ਪੈਂਦਾ ਹੈ। ਜਿਵੇਂ ਅਲਾਮਾ ਇਕਬਾਲ ਉਰਦੂ ਦਾ ਸ਼ਾਇਰ ਕਹਿੰਦਾ, ਮਿਟਾ ਦੇ ਆਪਣੀ ਹਸਤੀ ਕੋ ਅਗਰ ਮੁਰਤਬਾ ਚਾਹੀਏ, ਦਾਨਾ ਖਾਕ ਮੇਂ ਮਿਲਕਰ ਗੁਲੂ ਗੁਲਿਆਰ ਹੋਤਾ ਹੈ। ਇਹ ਨਿਰਮਲ ਸਾਰੰਗੜੇ ਪਿੰਡ ਵਾਲਾ, ਇਹਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਰੰਗੜਾ ਪਿੰਡ ਹੈ। ਜਦੋਂ ਅੰਮ੍ਰਿਤਸਰ ਤੋਂ ਰਾਮ ਤੀਰਥ ਨੂੰ ਜਾਈਏ, ਲੋਪੋ ਕੇ ਜਗਾਵਾਂ ਦੇ ਲਾਗੇ ਇਸ ਨੌਜਵਾਨ ਦਾ ਪਿੰਡ ਵਸਿਆ। ਇਹ ਨਿਰਮਲ ਸਾਰੰਗੜੇ ਪਿੰਡ ਵਾਲੇ ਨੇ ਬਾਹ ਖੜੀ ਕਰ ਦਿੱਤੀ ਹੈ, ਹਰ ਮਾਂ ਸੂਰਮਾ ਨਹੀਂ ਜੰਮ ਸਕਦੀ, ਹਰ ਮਾਂ ਸੰਤ ਨਹੀਂ ਜੰਮ ਸਕਦੀ, ਹਰ ਮਾਂ ਨੌਜਵਾਨ ਨੂੰ ਖਿਡਾਰੀ ਨਹੀਂ ਜੰਮ ਸਕਦੀ, ਨਿਤ ਮਾਵਾਂ ਪੁੱਤ ਜੰਮਦੀਆਂ, ਦੇਖੀ ਦੁਨੀਆ ਸਾਰੀ ਵਿਰਲੀ ਜਨਮ ਫੱਕਰ ਨੂੰ ਦੇਵੇ, ਵਿਰਲੀ ਜੰਮੇ ਲਖਾਰੀ, ਵਿਰਲੀ ਜਨਮ ਸ਼ਹੀਦ ਨੂੰ ਦਿੰਦੀ ਤੇ ਵਿਰਲੀ ਜੰਮੇ ਖਿਡਾਰੀ। ਸਾਹਮਣੇ ਅਰਜਨ ਘੋੜਾ ਕਬੱਡੀ ਦੀ ਗੱਲ ਕਰਦਾ, ਉਧਰ ਅੰਮ੍ਰਿਤ ਔਲਖਾਂ ਵਾਲਾ ਕਹਿੰਦਾ ਕਿ ਮੈਨੂੰ ਬਾਊ ਔਲਖ ਨੇ ਦੱਸਿਆ ਕਿ ਕੈਂਚੀ ਕਿਵੇਂ ਲਾਉਣੀ ਹੈ, ਹੁੰਦੀ ਕੈਂਚੀ ਕਬੱਡੀ ਦਾ ਸਿਖਰ ਲੋਕੋ, ਨਾਲ ਤਕਨੀਕ ਦੇ ਜਾਂਦੀ ਹੈ ਲਾਈ ਕੈਂਚੀ, ਛੁੱਟਣਾ ਰੇਡਰ ਦਾ ਮੁਸ਼ਕਲ ਹੋ ਜਾਂਦਾ ਜਦੋਂ ਜਾਫੀ ਨੇ ਹੋ ਗਈ ਪਾਈ ਕੈਂਚੀ। ਅਮਰੀਕ ਸਿੰਘ ਧੀਰੋਵਾਲ ਵਾਲਾ ਇਸ ਮੈਚ ਤੋਂ ਬਾਅਦ ਵੇਟ ਲਿਫਟਿੰਗ ਕਰੇਗਾ, ਅਮਰੀਕ ਸਿੰਘ ਧੀਰੋਵਾਲ ਵਾਲਾ। ਸਾਹਮਣੇ ਇਹ ਵਿਚਿੱਤਰ ਮਹਾਰ, ਇਹਦਾ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਵਿੱਚ ਮਹਾਰ ਪਿੰਡ ਹੈ। ਇਹ ਵਿਚਿੱਤਰ ਮਹਾਰ ਵਾਲੇ ਦੀ ਕਬੱਡੀ ਅਜੇ ਨੇ ਪੁਆਇੰਟ ਹਾਸਲ ਕਰ ਲਿਆ ਬਾਬਾ ਨਾਮਦੇਵ ਕਲੱਬ ਘੁਮਾਉਣ ਦੇ ਲਈ। ਦੁਨੀਆਂ ਦਾ ਮਹਾਨ ਰਹਿਬਰ ਬਾਬਾ ਨਾਮਦੇਵ, ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਾਡੇ ਰਿੰਕੂ ਭੱਟੀਵਾਲ ਜੀ ਕਹਿੰਦੇ ਆ ਕਿ ਬਾਬਾ ਨਾਮਦੇਵ ਜੀ ਦਾ ਜ਼ਿਕਰ ਕਰਨਾ ਜਿਹਨਾਂ ਨੂੰ ਸਿੱਖੀ ਸਰੂਪ ਦੇ ਵਿੱਚ ਰੱਬ ਦੇ ਦਰਸ਼ਨ ਹੋਏ। ਖੂਬ ਤੇਰੀ ਪਗੜੀ ਤੇ ਮਿੱਠੇ ਤੇਰੇ ਬੋਲ, ਹੱਲੇ ਯਾਰਾ ਖੁਸ਼ਖਬਰੀ। ਸਮੇਂ ਲੱਗ ਗਈ ਆ ਕੈਂਚੀ, ਹੁਣ ਰੈਫਰੀ ਨੇ ਜਾਨ ਛਡਾਉਣੀ ਆ ਨੌਜਵਾਨੋ, ਹੋਵੇ ਬਾ ਜਾਫੀ ਨੇ ਫੜੀ ਜਦੋਂ, ਕੈਂਚੀ ਹੋਵੇ ਜੜੀ ਜਦੋਂ, ਬੰਦਾ ਛੁੱਟਣੇ ਲਈ ਜ਼ੋਰ ਲਗਾਉਂਦਾ ਫਿਰ ਇਹੋ ਜਿਹੇ ਟਾਈਮ ਤੇ ਰੈਫਰੀ ਜਾਨ ਛਡਾਉਂਦਾ, ਤਾੜੀ ਮਾਰ ਦਿਓ ਨੌਜਵਾਨ ਨੂੰ। ਪੁਆਇੰਟ ਜਾਫੀ ਦੇ ਖਾਤਰ ਵਿੱਚ ਜੁੜਦਾ ਹੋਇਆ ਜਿਹਨੇ ਕੱਢ ਲਿਆ ਉਹਨੇ ਕਿਹੜਾ, ਜਿਹਨੇ ਕੱਢ ਲਿਆ ਉਹਨੇ ਕਿਹੜਾ ਦੇਣਾ। ਪਰ ਅਸੀਂ ਅਨਾਊਂਸ ਕਰ ਦਿੰਦੇ ਹਾਂ ਕਿ ਮੇਰੇ ਵੀਰ ਦਾ ਬਟੂਆ ਨਿਕਲ ਗਿਆ। ਹਾਂਜੀ, ਆਧਾਰ ਕਾਰਡ ਤੇ ਵੋਟਰ ਕਾਰਡ ਇਹਦਾ ਦੇ ਦਿਓ, ਪੈਸੇ ਭਾਵਾਂ ਲੈ ਜਾਓ। ਹਾਂਜੀ, ਲਾਇਸੈਂਸ ਆਧਾਰ ਕਾਰਡ ਤੇ ਵੋਟਰ ਕਾਰਡ ਜਿੱਥੇ ਮਰਜ਼ੀ ਜੇਬ ਕਤਰਾ ਛੱਡ ਸਕਦਾ। ਬਸ ਕਹਿਤਾ ਜੀ, ਅਗਲੀ ਕਬੱਡੀ ਇਹ ਹੀਰਾ, ਅਗਲੀ ਕਬੱਡੀ ਪਾਉਂਦਾ, ਇਹ ਹੀਰੇ ਦੀ ਕਬੱਡੀ ਹੈ। ਚਾਰ ਜਾਫੀ ਅੱਗੇ ਖੜੇ ਹੈ, ਆਪਾਂ ਪਾਰ ਕੇ ਜਿਹਨੇ ਰੱਖਿਆ ਕੀਤੀ ਹਿੰਦੂਆਂ ਦੀ, ਨੌਵੇਂ ਗੁਰੂ ਜਿਹਾ ਕਿਸੇ ਦਾ ਬਲੀਦਾਨ ਹੈ ਨਹੀਂ, ਜਿਹਨੇ ਸਾਰਾ ਸਰਬੰਸ ਦੇਸ਼ ਲਈ ਪਾਰ ਦਿੱਤਾ, ਗੁਰੂ ਗੋਬਿੰਦ ਜਿਹਾ ਕੋਈ ਮਹਾਨ ਹੈ ਨਹੀਂ, ਰਾਤਾਂ ਜਾ ਕੇ ਹੀ ਗਰੀਬਾਂ ਦੇ ਦਰਦ ਸੁਣਦਾ,
ਰਾਜੇ ਰਣਜੀਤ ਸਿੰਘ ਜਿਹਾ ਕੋਈ ਸੁਲਤਾਨ ਹੈ ਨਹੀਂ, ਪਤਵਾਲ ਸੋਨੂੰ ਕਬੱਡੀ ਨਹੀਂ ਖੇਡ ਸਕਦਾ ਜਿਹਦੇ ਸਰੀਰ ਵਿੱਚ ਪੂਰਾ ਜਾਨ ਹੈ ਨਹੀਂ। ਸਾਹਮਣੇ ਨੌਜਵਾਨ ਅਗਲੀ ਰੇਡ ਪਾਉਂਦਾ ਰਾਜੂ ਚੌੜੇ ਮਤਰੇ ਵਾਲਾ ਖੇਡ ਕਬੱਡੀ ਦਾ ਮਹਾਨ ਖਿਡਾਰੀ। ਸਾਹਮਣੇ ਮਨਿੰਦਰ ਰਮਦਾਸ ਕਹਿੰਦਾ ਕਿ ਆਉਣ ਵਾਲਾ ਸਮਾਂ ਮੇਰਾ ਹੈ। ਇਹ ਮਨਿੰਦਰ ਰਮਦਾਸ ਨੇ ਜੱਫਾ ਲਾ ਦਿੱਤਾ ਹੈ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਲਾ ਸਾਹਿਬ ਦੇ ਲਈ, ਸੁਖਮਨ ਚੋਲਾ ਸਾਹਿਬ ਦੇ ਲਈ ਇਹ ਖੇਡ ਰਹੇ ਨੇ ਰਮਦਾਸ ਦੇ ਏਰੀਏ ਦੇ ਸਾਰੇ ਖਿਡਾਰੀ। ਅਗਲੀਆਂ ਟੀਮਾਂ ਦੁਆਬਾ ਵਾਰੀਆ ਦੀ ਕਬੱਡੀ ਸੁਖਪੁਰ ਤੇ ਦੂਜੇ ਪਾਸੇ ਬਾਬਾ ਭਾਈ ਮੰਜ ਸਪੋਰਟਸ ਕਲੱਬ ਮਾੜੀ ਪੰਮ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆਉਣ। ਇਹ ਹੈਪੀ ਅਵਾਰਡ ਵਾਲੇ ਦੀ ਕਬੱਡੀ ਹੈ, ਇਹਦੇ ਪਿੰਡੇ ਦੇ ਵਿੱਚ ਕਬੱਡੀ ਹੈ। ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ, ਖੇਡਣੇ ਦੀ ਚੇਟਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ। ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ। ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਜੋਦਾ ਘਸ ਵਾਲਾ ਦੁਨੀਆ ਦਾ ਮਹਾਨ ਕਬੱਡੀ ਹੈ, ਇਹਦਾ ਨਾਮ ਚੱਲਦਾ ਕਬੱਡੀ ਦੇ ਮੈਦਾਨਾਂ ਦੇ ਵਿੱਚ। ਰੇਡਾ ਪਾ ਕੇ ਜੋ ਦੁਨੀਆ ਤੇ ਪਿੜ ਮਲਦਾ, ਮਾੜੇ ਜਾਫੀ ਤੋਂ ਜਿਹੜਾ ਨਹੀਂ ਠਲਦਾ, ਜਹਾਨ ਯਾਰਾ ਜੋਦੇ ਘਸ ਵਾਲੇ ਦਾ ਹੁਣ ਖੇਡ ਕਬੱਡੀ ਵਿੱਚ ਨਾਮ ਚੱਲਦਾ। ਇਹ ਨਾਮੀ ਖਿਡਾਰੀ ਆ ਖੇਡ ਕਬੱਡੀ ਦਾ, ਜਿਹਦੇ ਫੇਸਬੁੱਕ ਦੇ ਉੱਤੇ ਚਰਚੇ ਹੁੰਦੇ ਆ, ਜਿਹਦੇ ਵਟਸਐਪ ਦੇ ਉੱਤੇ ਚਰਚੇ ਹੁੰਦੇ ਆ। ਕਬੱਡੀ ਦੇ ਪ੍ਰੇਮੀ ਮੈਸੇਜ ਕਰਦੇ ਆ ਕਿ ਸਾਨੂੰ ਜੋਦੇ ਘਸ ਵਾਲੇ ਦੀ ਵੀਡੀਓ ਭੇਜੋ, ਸਾਨੂੰ ਜੋਦੇ ਘਸ ਵਾਲੇ ਦਾ ਸ਼ੇਅਰ ਭੇਜੋ, ਇਹ ਮਹਾਨ ਖਿਡਾਰੀ ਹੈ। ਆ ਜਾ ਬਈ ਬਖਸ਼ੀਸ਼ ਫਿੱਟੂ, ਫੇਸਬੁੱਕ ਦੇ ਉੱਤੇ ਤੇਰੇ ਵੀ ਚਰਚੇ ਬੜੇ ਹੈ, ਖੇਡ ਕਬੱਡੀ 'ਚ ਵੀ ਤੇਰਾ ਨਾਮ ਹੋਵੇ। ਅਰਦਾਸ ਕਰਦੇ ਆ ਸਾਡੇ 21 ਪੁਆਇੰਟ ਨੇ ਬਾਬਾ ਨਾਮਦੇਵ ਕਲੱਬ ਘੁਮਾਣ ਦੇ, ਤੇ ਚੋਲਾ ਸਾਹਿਬ ਦੇ ਪੁਆਇੰਟ ਨੇ 8। ਅਮਰੀਕ ਸਿੰਘ ਧੀਰੋਵਾਲ ਵਾਲਾ ਉਹ ਵੇਟ ਲਿਫਟਿੰਗ ਕਰੇਗਾ, ਔਰ ਅਮਰੀਕ ਸਿੰਘ ਨੂੰ ਬੇਨਤੀ ਕਰਾਂਗੇ ਕਿ ਤੁਹਾਡਾ ਈਵੈਂਟ ਇਸ ਮੈਚ ਤੋਂ ਬਾਅਦ ਸ਼ੁਰੂ ਹੋਣਾ। ਅਗਲੀਆਂ ਟੀਮਾਂ ਦੁਆਬਾ ਵਾਲੀਆ ਦੀ ਕਬੱਡੀ ਕਲੱਬ ਸੁਰਤਪੁਰ ਤੇ ਦੂਜੇ ਪਾਸੇ ਬਾਬਾ ਭਾਈ ਮੰਝ ਸਪੋਰਟਸ ਕਲੱਬ ਮਾੜੀ ਪੰਮਾ। ਇੱਕ ਛੋਟਾ ਬੱਚਾ ਇੱਟਾਂ ਚੱਕ ਕੇ ਦਿਖਾਲੇਗਾ ਤੇ ਅਮਰੀਕ ਸਿੰਘ ਧਾਰੋ ਵਾਲੀ ਵੇਟ ਚੱਕ ਕੇ ਦਿਖਾਲੇਗਾ। ਬਾਬਾ ਨਾਮਦੇਵ ਕਲੱਬ ਘੁਮਾਣ ਨੌਰਥ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੀ ਬੜੀ ਤਕੜੀ ਟੀਮ ਹੈ। ਪਹਿਲਾ ਕੱਪ ਜਿਹੜਾ ਫੈਡਰੇਸ਼ਨ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ, ਉਹ ਬਾਊ ਔਲਖ ਦੀ ਟੀਮ ਨੇ ਜਿੱਤਿਆ। ਬੈਰੋਕ ਦਾ ਰੂਪਾ ਜਿਹੜਾ ਬੈਸਟ ਰੇਡਰ ਬਣਿਆ, ਔਲਖਾਂ ਵਾਲਾ ਅੰਮ੍ਰਿਤ ਜਿਹੜਾ ਉਹ ਬੈਸਟ ਜਾਫੀ ਬਣਿਆ। ਇੱਧਰ ਅਰਜਨ ਘੋੜੇ ਦੀ ਕਬੱਡੀ ਹੈ, ਪਿੰਡ ਸ਼ਾਮਪੁਰ ਦਾ ਲੋਕੋ, ਇੱਕ ਹੈ ਅਰਜਨ ਘੋੜਾ, ਟੱਚ ਲਗਾ ਕੇ ਪਲ ਵਿੱਚ ਪਾਉਂਦਾ ਹੰਦਿਆਂ ਨੂੰ ਜੋ ਮੋੜਾ, ਇਹਨੂੰ ਜੱਫਾ ਲਾਉਣ ਲਈ ਲੱਗਦਾ ਜ਼ੋਰ ਨਾ ਜਾਫੀ ਦਾ ਥੋੜਾ, ਕਹਿੰਦਾ ਮੈਂ ਹੱਥ ਨਹੀਂ ਆਉਣਾ ਕਰੂੰ ਬੜਾ ਹੀ ਲੋੜਾ, ਕਹਿੰਦਾ ਮੈਂ ਹੱਥ ਨਹੀਂ ਆਉਣਾ ਕਰੂੰ ਬੜਾ ਹੀ ਲੋੜਾ। ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਸ਼ੰਕਰ ਸੰਧਵਾਂ ਵਾਲਾ ਅਗਲੀ ਰੇਡ ਪਾਉਂਦਾ, ਉਹ ਮੋਟਰਸਾਈਕਲ ਜਿੱਤ ਲਏ ਨੇ, ਹੋਇਆ ਸਾਰਾ ਇੱਕ ਮਹੀਨਾ, ਸ਼ੰਕਰ ਪੁੱਤ ਹੈ ਸੰਧੂਆਂ ਦਾ, ਰੇਡ ਪਾਉਂਦਾ ਤਾਣ ਕੇ ਸੀਨਾ, ਸ਼ੰਕਰ ਪੁੱਤ ਹੈ ਸੰਧੂਆਂ ਦਾ, ਰੇਡ ਪਾਉਂਦਾ ਤਾਣ ਕੇ ਸੀਨਾ, ਤਕੜਾ ਸਰੀਰ ਹੈ ਵਧਿਆ ਅੱਗੇ ਨੂੰ। ਸਾਹਮਣੇ ਗੁਰਪ੍ਰੀਤ ਗੋਪੀ ਅਵਾਰਡ, ਨਹੀਂ ਜੱਫਾ ਲਾ ਸਕਿਆ ਕੋਈ ਗੱਲ ਨਹੀਂ ਗੋਪੀ, ਕਰ ਹੌਸਲਾ ਮਨਾ ਤੂੰ ਖੇਡ ਤਾਂ ਸਹੀ, ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ, ਕਰ ਹੌਸਲਾ ਮਨਾ ਤੂੰ ਖੇਡ ਤਾਂ ਸਹੀ, ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ। ਅਗਲੀ ਕਬੱਡੀ ਪਾਉਣ ਦੇ ਲਈ ਆ ਨੌਜਵਾਨ ਸੁਖਮਨ, ਰਮਦਾਸ ਦੀ ਧਰਤੀ ਦਾ ਸੁਖਮਨ ਅਗਲੀ ਰੇਡ ਪਾਉਂਦਾ। ਫਿਰ ਤੇ ਸਰਦਾਰੀ ਵੀ ਕਾਇਮ, ਤਿਲਕ ਜੰਝੂ ਲਈ ਜੇ ਨਾ ਗੁਰੂ ਨੋਮਾ,
چاندنی چونک دے وچ نہ قربان ہوندا بلی دے کے چارے پتراں دی جے کر خوشو سدی سلطان ہوندا اج بھی دلی دے تخت تے راج کردا کوئی محمد جا خان ہوندا لال قلعے تے چولدا چن تارا سارا بھارت ہی پاکستان ہوندا ہارنگڑے والا اگلی ریل پاؤں سامنے کوٹ کرپخش پنڈ کا جمپل اے جسا جفا لاؤن کا جتن کرتا ہے کہندا ننگ کے دکھا اور پوائنٹ ریٹر دے کھاتے دے وچ جڑ گیا ہے میرے جہی کوئی کبڈی نہیں کھیڈ سکتا کئی بار گلاں گپی انسان دسدا میری گڈی تے کبڈی لکھیا ہے میں لیاونا میدانا چ طوفان دسدا پیما پرتین تے نت ہی جم جاوا ٹیپو بنے میرے ڈولیاں دی شان دسدا گپا مار کے کھڑاری نہیں بن ہوندا گل کھڑاریاں دی صدا جہان دسدا کیڑا کھیڈ دا کبڈی جہان جارا اے تا ہمیشہ ہی کھیڈ میدان دسدا کیڑا کھیڈ دا کبڈی جہان جارا اے تا ہمیشہ ہی کھیڈ میدان دسدا اگلی کبڈی بچتر اگلی کبڈی پاؤں میرے پیچھے امریک سنگھ تارو والی ویٹ لفٹنگ کرتا ہوا نوجوان بڑا تکڑا کھڑاری ہے ویٹ لفٹنگ دی دنیا دا ادھر بچتر دی کبڈی ہے نوجوانوں تہاڈا بھی دھنواد تسی شاندار پربند کیتا ہے کہ ماڑی پنمانی ترتی تے جنہیں بھی نوجوان پربند کر رہے ہیں انہوں کا بھی دھنواد تے نال ہی کہہ رہے ہیں کہ ساڈا نام نہیں لینا ہے جنہاں دے نام ہواواں وچ گونجدے نے اگلیاں ٹیماں دوابا واریئر کبڈی کلب سرخپور تے بابا بھائی منج سپورٹس کلب ماڑی پنما دونوں ٹیماں میدان دے وچ آن اگلی کبڈی پاؤن دے لئی اے آ جوڑا اگے نوں بڑے آرجن کوڑا ہاں جی امریک سنگھ تارو والی امریک سنگھ تیرو وال ہاں جی ایک کوانٹل پجا کلو دی یارک لاوے گا امریک سنگھ امریک سنگھ تیروال ایک کوانٹل پجا کلو دی یارک لاوے گا اس نوجوان دے نا دے امریک سنگھ تیروال پہلے دور دے وچ ایک کوانٹل پجا کلو دی یارک لاوے گا اگلی کبڈی سکھمن اگلی کبڈی پاؤں یہ سکھمن کی کبڈی ہے ماریا ہوا ٹٹ تاریاں مار دے امریک سنگھ تیروال دے ناتے ایک کوانٹل پجا کلری یارک پہلے ہلے لائی ہے نوجوان نے اگلی کبڈی جولا مہان کھڑاری اگلی ریڈ پاؤں یہ کھیڈ کبڈی دا ہے مہان کھڑاری بن گیا کبڈی دی جان کھڑاری دونوں کبڈیاں رہندیاں ہیں اگلیاں ٹیماں دوابا والے کبڈی کلب سرخپور تے دوجے پاسے بابا بھائی منج سپورٹس کلب ماڑی پنواں دیاں ٹیماں جڑیاں ہیں وہ جلدی تو جلدی میدان دے وچ آون اے جوڑے دی کبڈی ہے جوڑا اگلی کبڈی پاؤندا ہے ماریا ہویا ٹٹ آو نوجوان دا ڈولا دیکھ لو اے دے نال ہی میں سماپت دوابا والے کبڈی کلب سرخپور تے بابا نام دے اپنے دوسرے پاسے بابا بھائی منج سپورٹس کلب ماڑی ہاں جی ساڑھے چھبی نام دے بڑے پوائنٹ نے چولا صاحب دے تیرہ کلی جی مائک تے ہون ہلو
ਹੈਲੋ ਹੈਲੋ हेलो हेलो लो जी इधरले पासे पहलवानी खेत्र दे विच रैसलिंग दी दुनिया दे विच बड़ा नाम है अमरीक सिंह ਧੀਰੋਵਾਲ ਇੱਥੇ ਕਹਿੰਦੇ 5 ਕਿਲੋ ਵਜ਼ਨ ਚੁੱਕਣਾ ਹੋਵੇ ਤੇ ਤਾਂ ਬੰਦਾ ਕਹਿੰਦੇ ਬਸ ਕਰ ਜਾਂਦਾ ਤਾਂ 1 ਕੁਇੰਟਲ 80 ਕਿਲੋ ਇੱਕ ਵਾਰ ਜ਼ੋਰ ਦਾ ਤਾੜੀਆਂ ਮਾਰ ਦਿਓ ਜੀ ਇਸ ਨੌਜਵਾਨ ਦੇ ਵਾਸਤੇ ਮਾਨ ਹੈ ਸਾਨੂੰ ਇਸ ਪਹਿਲਵਾਨ ਦੇ ਉੱਪਰ ਰੈਸਲਿੰਗ ਦੁਨੀਆ ਦੇ ਵਿੱਚ ਵੱਡਾ ਨਾਮ ਹੈ 1 ਕੁਇੰਟਲ 80 ਕਿਲੋ ਵਜ਼ਨ ਹੈ ਕਹਿੰਦੇ ਵੀ ਜ਼ੋਰ ਦਾ ਤਾੜੀਆਂ ਮਾਰੋ ਖੁੱਲ ਕੇ ਨੌਜਵਾਨ ਦੇ ਵਾਸਤੇ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ पता पट्टा दा लगदा मैदान अंदर जदों जब्बे बगानिया नाल पेंदे आ साडा भी नौजवान कहिंदा कि मैं बाजियां पावांगा आ छोटी जी बच्ची कहिंदी मैं भार चुकांगी सॉरी चक्कर लावेगी सिर दे उपर बार दा सहारा नहीं वध तों वध मान सम्मान कीता जावेगा इस बच्ची दा सो मेजर हिंदुस्तानी नौजवान दिलां दी धड़कन पंजाब दी शान खेड मैदान दे विच पुजे आ मेजर हिंदुस्तानी के वास्ते जोरदार ताड़ियां मार दो एक बार खुल के।